ਬੀਤੇ ਦਿਨੀ ਬਟਾਲਾ ਦੇ ਹਸਲੀ ਨਾਲੇ ਵਿੱਚੋਂ ਮਿਲੀ ਲਾਸ਼ ਜਿਸ ਦੀਆਂ ਦੋਵੇਂ ਬਾਹਾਂ ਅਤੇ ਸਿਰ ਨਹੀਂ ਮਿਲੇ ਸਨ। ਅੱਜ ਨਾਇਬ ਤਹਿਸੀਲਦਾਰ ਜਸਕਰਨਜੀਤ ਸਿੰਘ ਦੀ ਹਾਜ਼ਰੀ ਵਿੱਚ ਚੱਲੇ ਸਰਚ ਆਪਰੇਸ਼ਨ ਵਿੱਚ ਪੁਲਿਸ ਨੇ ਉਹ ਵੀ ਬਰਾਮਦ ਕਰ ਲਏ। ਇਸ ਸਾਰੇ ਸਰਚ ਆਪਰੇਸ਼ਨ ਦੌਰਾਨ SHO ਸਿਟੀ ਮੁਖਤਿਆਰ ਸਿੰਘ ਅਤੇ ਸਿੰਬਲ ਚੌਂਕੀ ਇੰਚਾਰਜ ਬਲਬੀਰ ਸਿੰਘ ਮੌਕੇ 'ਤੇ ਮੌਜੂਦ ਰਹੇ। ਸਵੇਰ ਤੋਂ ਚੱਲ ਰਹੇ ਇਸ ਸਰਚ ਆਪਰੇਸ਼ਨ ਵਿੱਚ ਬੜੀ ਮੁਸ਼ਕਲ ਤੋਂ ਬਾਅਦ ਪੁਲਿਸ ਨੂੰ ਇਹ ਕਾਮਯਾਬੀ ਮਿਲੀ। ਹਰਵਿੰਦਰ ਸਿੰਘ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਪਤਾ ਕਰੋ ਕਿੰਨਾ ਦੇ ਪਲਾਟ ਹੈ। ਜਿੰਨੇ ਚਿਰ ਨੂੰ ਚੜ੍ਹਨਾ ਓਨਾ ਚਿਰ ਨੂੰ ਇੱਥੇ ਆ ਜਾਣਾ। ਹੋਰ ਠੀਕ ਠਾਕ ਹੋ ਜੀ। ਅੱਜ ਮਿਤੀ 24/9/19 ਜੋ ਬੀਤੇ ਦਿਨੀ ਕਤਲ ਹੋਇਆ ਸੀਗਾ, ਸਿਰ ਕੱਟੇ ਅਤੇ ਭਾਵੇਂ ਕੱਟੀਆਂ ਲਾਸ਼ ਮਿਲੀ ਸੀਗੀ, ਉਹਦੇ ਸੰਬੰਧੀ ਤਫਤੀਸ਼ ਦੌਰਾਨ ਜਿਹੜਾ ਵਾ ਅੱਜ ਫਿਰ ਸਤ ਅਭਿਆਨ ਚੱਲ ਰਿਹਾ ਸੀ ਨੈਬ ਸ਼ਹੀਦਾਂ ਦੀ ਹਾਜ਼ਰੀ ਦੇ ਵਿੱਚ। ਅਤੇ ਜੋ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਉਹਦੇ ਬੋਰੇ ਦੇ ਵਿੱਚ ਉਹਦਾ ਮੁੰਡੇ ਦਾ ਸਿਰ ਵੀ ਅਤੇ ਬਾਹਾਂ ਜਿਹੜੀਆਂ ਉਹ ਬਰਾਮਦ ਹੋ ਚੁੱਕੀਆਂ ਨੇ ਅਤੇ ਅਗਲੀ ਕਾਰਵਾਈ ਜਿਹੜੀ ਅਮਲ 'ਚ ਲੈਂਦੀ ਹੈ। ਅੱਜ ਰਜਿੰਦਰ ਕੁਮਾਰ ਜਿਹੜਾ ਡੈਥ ਹੋਈ ਸੀ, ਮਰਡਰ ਹੋਇਆ ਸੀਗਾ ਜੀ, ਉਹਦੇ ਰਿਗਾਰਡਿੰਗ ਉਹਨਾਂ ਦਾ ਜਿਹਾ ਕੁਛ ਲਿਮਸ ਅਤੇ ਉਹਨਾਂ ਦਾ ਹੈੱਡ ਜੀ, ਉਹ ਸ਼ਨਾਖਤ ਵਾਸਤੇ ਜਾਂ ਸਰਚ ਓਪਰੇਸ਼ਨ ਚੱਲ ਰਿਹਾ ਸੀਗਾ। ਜਿਹੜੀ ਪੁਲਿਸ ਪਾਰਟੀ ਨੇ ਜਿਹੜੀ ਸਰਚ ਓਪਰੇਸ਼ਨ ਕਰਕੇ ਉਹਦੀ ਬੋਡੀ ਦਾ ਸਿਰ ਅਤੇ ਉਹਨਾਂ ਦੇ ਲਿਮਸ ਜਿਹੜੀਆਂ ਲੱਭ ਲਈਆਂ ਨੇ ਜੀ, ਅਤੇ ਬਾਕੀ ਜਿਹੜਾ ਹੈਗਾ ਕਿ ਇਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਨੇ ਅਤੇ ਮੌਕੇ ਦੇ ਉੱਪਰ ਜਿਹੜੀ ਵੀ ਕਾਰਵਾਈ ਕੀਤੀ ਬਣਦੀ ਹੈ ਜੀ ਕਰ ਦਿੱਤੀ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ